ਉੱਥੇ ਜਾ ਕੇ ਮੌਤ ਦਾ ਚੇਤਾ ਆਉਂਦਾ ਹੈ ਤੇ ਮੁਰਦੇ ਨੂੰ ਸਾੜਿਆ ਜਾਂਦਾ ਹੈ। ਉੱਥੇ ਹੀ ਇੱਕ ਅਜਿਹਾ ਸ਼ਮਸ਼ਾਨ ਘਾਟ ਵੀ ਹੈ ਜਿੱਥੇ ਲੋਕ ਤੰਦਰੁਸਤੀਆਂ ਲੈਣ ਆਉਂਦੇ ਨੇ। ਹੁਣ ਤੁਸੀਂ ਇਹ ਸੋਚੋਗੇ ਕਿ ਸ਼ਮਸ਼ਾਨ ਘਾਟ ਵਿੱਚ ਤੰਦਰੁਸਤੀ ਕਿਵੇਂ ਮਿਲ ਸਕਦੀ ਹੈ, ਉੱਥੇ ਤਾਂ ਮ੍ਰਿਤਕਾਂ ਦੀ ਦੇਹ ਨੂੰ ਸਾੜਿਆ ਜਾਂਦਾ ਹੈ। ਪਰ ਇਸ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੋਕਾਂ ਨੂੰ ਤੰਦਰੁਸਤੀ ਮਿਲਦੀ ਹੈ। ਦਰਅਸਲ ਮੋਗਾ ਦੇ ਪਿੰਡ ਘੋਲੀਆਂ ਦੇ ਸ਼ਮਸ਼ਾਨ ਘਾਟ 'ਚ ਸਵੇਰੇ ਸ਼ਾਮ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਕਿਉਂਕਿ ਇੱਥੇ ਵੀਟ ਗ੍ਰਾਸ ਜੂਸ ਤਿਆਰ ਕੀਤਾ ਜਾਂਦਾ ਹੈ। ਕੁਝ ਨੌਜਵਾਨਾਂ ਵੱਲੋਂ ਇਸ ਦੀ ਸਾਫ ਸਫਾਈ ਕਰਵਾ ਕੇ ਇੱਥੇ ਵੀਟ ਗ੍ਰਾਸ ਲਈ ਕਣਕ ਦੀ ਬਿਜਾਈ ਕਰਕੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਜੂਸ ਲੋਕਾਂ ਨੂੰ ਪਿਲਾਇਆ ਜਾਂਦਾ ਹੈ। ਉੱਥੇ ਹੀ ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਲੋਕ ਇੱਥੇ ਆਉਣ ਤੋਂ ਵੀ ਡਰਦੇ ਸੀ ਕਿਉਂਕਿ ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਜਿੱਥੇ ਮ੍ਰਿਤਕ ਦੇਹ ਨੂੰ ਸਾੜਿਆ ਜਾਂਦਾ ਹੈ ਉੱਥੇ ਭੂਤ ਪ੍ਰੇਤਾਂ ਦਾ ਵਾਸਾ ਹੁੰਦਾ ਹੈ। ਪਰ ਜਦੋਂ ਤੋਂ ਇੱਥੇ ਵੀਟ ਗ੍ਰਾਸ ਦੀ ਖੇਤੀ ਕੀਤੀ ਜਾ ਰਹੀ ਹੈ ਉਦੋਂ ਤੋਂ ਲੋਕ ਇੱਥੇ ਸੈਰ ਕਰਨ ਆ ਰਹੇ ਨੇ ਅਤੇ ਸਵੇਰੇ ਸ਼ਾਮ ਵੀਟ ਗ੍ਰਾਸ ਦਾ ਜੂਸ ਪੀ ਕੇ ਜਾਂਦੇ ਨੇ। ਉਹਨਾਂ ਨੇ ਦੱਸਿਆ ਕਿ ਇਸ ਨਾਲ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਪੁਰਾਣੇ ਸਮੇਂ 'ਚ ਲੋਕ ਆਪਣੀ ਸਿਹਤ ਦੇ ਲਈ ਜੜੀਆਂ ਬੂਟੀਆਂ ਨੂੰ ਵਰਤਦੇ ਸਨ ਜਿਨ੍ਹਾਂ ਦੀ ਵਰਤੋਂ ਅੱਜ ਦੇ ਸਮੇਂ 'ਚ ਬਿਲਕੁਲ ਲੁਪਤ ਹੋ ਗਈ ਹੈ। ਪਰ ਵੱਧ ਰਹੀਆਂ ਬਿਮਾਰੀਆਂ ਨੂੰ ਵੇਖਦੇ ਹੋਏ ਲੋਕਾਂ ਦੀ ਜਾਗਰੂਕਤਾ ਕਾਫੀ ਵਧੀ ਹੈ। ਇੱਕ ਸਾਲ ਪਹਿਲਾਂ ਸ਼ੁਰੂ ਕਰਨਾ ਸੀਗਾ ਜੀ, ਤੇ ਉਸ ਸਾਲ ਮੈਂ ਆਸਟ੍ਰੇਲੀਆ ਚਲਾ ਗਿਆ ਸੀਗਾ ਜੀ। ਮੈਂ ਉੱਥੇ ਵੀ ਦੇਖਿਆ ਵੀ ਲੋਕੀ ਉੱਥੇ ਵੀ ਕੈਂਸਰ ਬਹੁਤ ਆ ਜੀ, ਬਾਹਰ ਵੀ ਸਕੈਨ ਕੈਂਸਰ ਆ, ਸੂਜ ਨੇੜੇ ਆ ਉੱਥੇ। ਤੇ ਜਦ ਉਸ ਵਜ੍ਹਾ ਇੱਥੇ ਮੈਂ ਵਾਪਸ ਆਇਆ ਤੇ ਮੈਂ ਕਿਹਾ ਵੀ ਆਪਾਂ ਕੋਈ ਵਧੀਆ ਕੰਮ ਕਰੀਏ, ਜਿਹੜੇ ਮੁੰਡੇ ਇੱਥੇ ਨਸ਼ਾ ਕਰਦੇ ਆ, ਸ਼ਮਸ਼ਾਨ ਘਾਟ ਦੇ ਵਿੱਚ ਬੈਠਦੇ ਆ, ਉਹ ਸਾਧਨ ਵਿਹਲਾ ਤਾਸ਼ ਖੇਡਦੇ ਆ, ਕੌਣ ਆਪਾਂ ਕੋਈ ਵਧੀਆ ਪਾਸੇ ਲਾਈਏ ਉਹਨਾਂ ਨੂੰ। ਫਿਰ ਇੱਥੇ ਮੈਂ 15 ਕਿਲੋ ਕਣਕ ਲੈ ਕੇ ਪਹੁੰਚਿਆ, ਅਸੀਂ ਇੱਥੇ ਰੂਟਾਵੀਟਰ ਮਾਰ ਕੇ 15 ਕਿਲੋ ਕਣਕ ਬੀਜਤੀ ਆ। ਤੇ ਉਸੇ ਉੱਤੇ ਮੈਂ ਫੇਸਬੁੱਕ 'ਤੇ ਪਾਤਾ, ਮੈਨੂੰ ਵਧੀਆ ਵੀ ਆਉਣ ਲੱਗ ਗਏ, ਵਧੀਆ ਵੀ ਆਉਣ ਲੱਗ ਗਏ, ਲੋਕਾਂ ਦੇ ਵੀ ਬਹੁਤ ਵਧੀਆ ਕੰਮ ਆ। ਫਿਰ ਅਸੀਂ ਉਸ ਬਾਅਦ 120 ਦਿਨ ਬਾਅਦ ਸ਼ੁਰੂ ਕਰਤਾ ਜੀ। 20 ਦਿਨ ਸ਼ੁਰੂ ਕਰਨ ਤੋਂ ਬਾਅਦ ਲੋਕ ਠੀਕ ਹੋਣ ਲੱਗ ਗਏ ਜੀ, ਵਿੱਚ ਕਣਕ ਜੂਸਣਾ, ਉਹਦੇ ਆਂਵਲਾ ਪਾਉਣੇ ਆ, ਗਲੋ ਪਾਉਣੇ ਆ ਜੀ, ਠੀਕ ਹੈ, ਤੁਲਸੀ ਦੇ ਪੱਤੇ ਪਾਉਣੇ ਆ। ਲਗਭਗ 80% ਤੋਂ 85% ਜਿਹੜੇ ਆ ਉਹ ਮਰੀਜ਼ ਠੀਕ ਹੋਣ ਲੈ ਸ਼ੁਰੂ ਹੋ ਗਿਆ ਜੀ। ਅੱਜ ਕੱਲ੍ਹ ਦਾ ਜੂਸ ਜਿਹੜਾ ਨਸ਼ਿਆਂ ਵਾਲੀ ਸਾਈਡ ਜਾ ਰਿਹਾ ਜਾਂ ਵਿਦੇਸ਼ਾਂ ਨੂੰ ਜਾ ਰਿਹਾ, ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡੇ ਸਾਥੀਆਂ ਦੇ ਮਨ ਦੇ ਜ਼ਿਹਨ ਦੇ ਵਿੱਚ ਕਿੱਦਾਂ ਆਇਆ ਕਿ ਇਹੀ ਕੰਮ ਸ਼ੁਰੂ ਕੀਤਾ ਜਾਵੇ? ਕਿਉਂਕਿ ਇਹ ਬਿਲਕੁਲ ਇਹ ਤਾਂ ਖਰਚਾ ਨਹੀਂ ਹੈਗਾ ਜ਼ਿਆਦਾ ਜੀ ਕੋਈ, ਇਸ ਕਰਕੇ ਇਹੀ ਸੋਚਿਆ ਵੀ ਨਾ ਉੱਥੇ ਦੇ ਡਾਕਟਰ ਲੁੱਟ ਰਹੇ ਆ ਲੋਕਾਂ ਨੂੰ, ਠੀਕ ਆ ਜੀ, ਸਟੰਟ ਪਾ ਰਹੇ ਆ ਧੱਕੇ ਨਾਲ, ਜਾਣ ਬੁੱਝ ਕੇ ਜਿਹੜਾ ਪੈਸਾ ਆਪਣਾ ਛੱਡ ਜਾਂਦੀ ਕਮਾਉਂਦੇ ਆ, ਉਹ ਡਾਕਟਰ ਸਾਰਾ ਪੈਸਾ 1 ਮਹੀਨੇ ਵਿੱਚ ਲੈ ਜਾਂਦੇ ਆ ਜੀ। ਤੁਸੀਂ ਇਸ ਨੂੰ ਉਗਾਉਂਦੇ ਕਿੱਦਾਂ ਔਰ ਕਿਸ ਤਰ੍ਹਾਂ ਤਿਆਰ ਕਿੱਦਾਂ ਕਰਦੇ ਆ? ਅਸੀਂ ਇਹਨੂੰ ਹਰ ਰੋਜ਼ ਬੀਜਦੇ ਹਾਂ 50 ਕਿਲੋ ਕਣਕ ਜੀ, ਕਿਉਂਕਿ ਸਾਡੇ ਕੋਲ ਰਸ਼ ਬਹੁਤ ਜ਼ਿਆਦਾ ਹੋ ਗਿਆ, 5 ਤੋਂ 6 ਹਜ਼ਾਰ ਬੰਦਾ ਡੇਲੀ ਇੱਥੇ ਆਉਂਦਾ ਜੀ। ਇਹ ਅਸੀਂ ਜਦੋਂ 4 ਇੰਚ ਦਾ ਹੋ ਜਾਂਦਾ, 4 ਇੰਚ ਤੋਂ 8 ਇੰਚ ਤੱਕ ਇਹਨੂੰ ਕੱਟ ਕੇ ਫਿਰ ਕੁੰਡਿਆਂ ਦੇ ਵਿੱਚ ਕੁੱਟ ਕੇ ਉਹਦੇ 'ਚ ਆਉਂਲਾ ਪਾਉਂਦੇ ਹਾਂ ਜੀ, ਗਲੋ ਪਾਉਂਦੇ ਹਾਂ ਜੀ, ਕੱਟ ਕੇ ਪਿਆਉਂਦੇ ਹਾਂ ਜੀ ਅਸੀਂ। ਲੋਕਾਂ ਦੇ ਕੀ ਵਿਊ ਆਉਂਦੇ ਆ, ਲੋਕ ਕਿੰਨੇ ਕੁ ਆਉਂਦੇ ਔਰ ਕੀ ਦੱਸਦੇ ਤੁਹਾਨੂੰ? ਲੋਕਾਂ ਜੀ ਸਾਰੇ ਜਿੰਨੇ ਵੀ ਸ਼ਾਇਦ ਆਉਂਦੇ, ਲਗਭਗ ਹਰੇਕ ਕਹਿੰਦਾ ਵੀ 80 ਤੋਂ 85% ਫਰਕ ਆ ਜੀ। ਕਿੰਨਾ ਸਮਾਂ ਤੁਸੀਂ ਹੋਰ ਚਲਾਓਗੇ ਔਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚਲਾਉਂਦੇ ਨੂੰ? ਸਾਨੂੰ 1 ਮਹੀਨਾ ਹੋ ਗਿਆ ਲਗਭਗ ਜੀ, ਤੇ 2 ਮਹੀਨੇ ਹੋਰ ਚਲਾਵਾਂਗੇ ਜੀ। ਇਸ ਤੋਂ ਬਾਅਦ ਤੁਹਾਡਾ ਕੀ ਪਲਾਨ ਆ? ਇਸ ਤੋਂ ਅਗਲਾ ਪਲਾਨ ਸਾਡਾ ਅਸੀਂ ਵੀ ਜਿਹੜਾ ਲੌਕੀ ਅੱਲਾਂ ਕਹਿੰਦੇ ਅੱਲਾਂ ਦਾ ਜੂਸ ਸ਼ੁਰੂ ਕਰਾਂਗੇ ਜੀ ਗਰਮੀ ਵਿੱਚ ਅਸੀਂ, ਉਹ ਜਿਵੇਂ ਹੜ੍ਹ ਦੇ ਮਰੀਜ਼ ਆ ਉਹਨਾਂ ਵਾਸਤੇ ਬਹੁਤ ਵਧੀਆ ਜੀ ਉਹ। ਜੀ ਜਾਣਕਾਰੀ ਇਹਦੀ ਇਸ ਤਰ੍ਹਾਂ ਵੀ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਹ ਪੁਰਾਣੀ ਜਿਸ ਤਰ੍ਹਾਂ ਆਪਣੇ ਪਿਛਲੇ ਜੜੀਆਂ ਬੂਟੀਆਂ ਤੋਂ ਲੋਕ ਦਵਾਈਆਂ ਬਣਾਉਂਦੇ ਸੀ, ਇੱਕ ਉਸੇ ਹਿਸਾਬ ਦੀ ਗੱਲ ਹੀ ਹੈ। ਇਹਦੇ ਨਾਲ ਬਹੁਤ ਫਾਇਦੇ ਹੁੰਦੇ ਆ, ਜਿਵੇਂ ਕਿ ਹੁਣ ਅੰਗਰੇਜ਼ੀ ਦਵਾਈਆਂ ਦੇ ਨਾਲ ਤਾਂ ਮਰੀਜ਼ਾਂ ਨੂੰ ਇੱਕ ਰੋਗ ਤੋਂ ਥੋੜ੍ਹਾ ਜਿਹਾ ਥੋੜ੍ਹਾ ਬਹੁਤ ਹੀ ਫਾਇਦਾ ਮਿਲਦਾ, ਪਰ ਇਹਦੇ ਨਾਲ ਤਾਂ ਜਿਵੇਂ ਆਪਾਂ ਜੜ ਤੋਂ ਚੱਕ ਦਿੰਦੇ ਹਾਂ ਬਿਮਾਰੀ, ਇਸ ਹਿਸਾਬ ਨਾਲ ਇਹ ਕੰਮ ਹੁੰਦਾ ਹੈ। ਇਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਹ ਸਾਰਾ ਜੜੀ ਬੂਟੀਆਂ ਹੀ ਹੈ, ਇਹਦੇ ਵਿੱਚ ਔਲੇ ਪੈਂਦੇ ਆ, ਹੋਰ ਕਈ ਤਰ੍ਹਾਂ ਦੀਆਂ ਜਿਵੇਂ ਕੁਆਰ ਹੈ ਜਾਂ ਹੋਰ, ਇਹਦੇ ਨਾਲ ਫਾਇਦੇ ਬਹੁਤ ਹੋਣ ਵਾਲੇ ਆ। ਮੈਂ ਤਾਂ ਹਰੇਕ ਨੂੰ ਅਪੀਲ ਇਹੀ ਕਰਦਾ ਵੀ ਭਾਈ ਆਓ, ਵੱਧ ਤੋਂ ਵੱਧ ਇਹਦਾ ਫਾਇਦਾ ਲਓ।
ਬਹੁਤ ਚੰਗੀ ਚੀਜ਼ ਹੈ, ਬਹੁਤ ਉੱਦਮੀ ਨੌਜਵਾਨਾਂ ਨੇ ਕੰਮ ਕੀਤੇ ਹੈ ਅਤੇ ਇਸ ਵਾਸਤੇ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਅਤੇ ਹਰ ਤਰ੍ਹਾਂ ਦੀ ਬਿਮਾਰੀ ਦਾ ਇੱਥੇ ਤਕਰੀਬਨ ਮੇਰੇ ਹਿਸਾਬ ਦੇ ਨਾਲ ਤਾਂ ਲੋਕ ਠੀਕ ਹੁੰਦੇ ਆ। ਕਹਿੰਦੇ ਉੱਠਦੇ 15-20 ਜਾਣੇ 24-12 ਘੰਟੇ ਜਾਣੇ ਕਿ ਇੱਥੇ ਜਣੇ ਦਿਨ ਸਾਰੀ ਦਿਹਾੜੀ ਇੱਥੇ ਹੁੰਦੇ ਸੀਗੇ ਅਤੇ ਇੱਥੇ ਸਾਫ ਆਹ ਗੇਂਦਿਆਂ ਦੇ ਬੂਟੇ ਲਾਉਣ ਲੱਗ ਗਏ, ਸਾਫ਼ ਸਫਾਈ ਕਰਨ ਲੱਗ ਗਏ ਅਤੇ ਬਾਅਦ ਵਿੱਚ ਡਾਕਟਰ ਨਿਰਮਲ ਜੀ ਆਏ ਇੱਥੇ, ਉਹਨਾਂ ਨੇ ਆਏ ਆ ਕੇ ਕਿਹਾ ਵੀ ਆਪਾਂ ਇੱਥੇ ਕਣਕ ਬੀਜਦੇਗੇ, ਕਣਕ ਪਿਆਉਣ ਦਾ ਆਪਾਂ ਜੂਸ ਦਾ ਯਾਨੀ ਕਿ ਲੰਗਰ ਚਲਾਉਣਾ ਲੋਕਾਂ ਨੂੰ ਜਿਹੜਾ ਕਿ ਲਾਭ ਮਿਲੇ, ਇਸ ਕਰਕੇ ਉਹਨਾਂ ਨੇ ਕਣਕ ਦੇ ਗਏ ਸਾਨੂੰ, 13 ਕਣਕ ਦੇ ਕੇ ਗਏ 50 ਕਿਲੋ, ਮੁੜ ਕੇ ਲੋਕਾਂ ਦੀ ਸਹਿਯੋਗ ਨਾਲ ਕਣਕ ਹੁਣ ਸਾਡੇ ਕੋਲ ਕਾਫ਼ੀ ਜ਼ਿਆਦਾ ਹੋ ਗਈ। ਸ਼ਮਸ਼ਾਨ ਘਾਟੀ ਕਿਉਂ ਤੁਸੀਂ ਚੁਣਿਆ, ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੋ ਸਕਦੀਆਂ ਸੀ? ਇਸੇ ਕਰਕੇ ਜੀ ਲੋਕਾਂ ਦੇ ਵਹਿਮ ਭਰਮ ਦੂਰ ਹੋਣਗੇ ਵੀ ਅਸੀਂ ਜੋ ਇੱਥੇ ਰਹਿੰਦੇ ਹਾਂ ਤਾਂ ਦੂਜੇ ਲੋਕ ਆਉਣਗੇ ਉਹਨਾਂ ਦੇ ਵਹਿਮ ਭਰਮ ਦੂਰ ਹੋਣਗੇ, ਇਸੇ ਕਰਕੇ ਲੜੀਆਂ ਲਾ ਕੇ ਇਹਨੂੰ ਯਾਨੀ ਕਿ ਮੋਡੀਫਾਈ ਕੀਤਾ ਗਿਆ ਵੀ ਕੋਈ ਭੇਦਭਾਵ ਜਾਂ ਕੋਈ ਡਰ ਡੁੱਕਰ ਨਾ ਰਹੇ ਕਿਸੇ ਨੂੰ, ਇਸੇ ਕਰਕੇ ਲਾਈਟਾਂ ਦੀ ਜ਼ਿਆਦਾ ਮਾਤਰਾ ਕੀਤੀ। ਕਿੰਨੇ ਦਿਨ ਤੋਂ ਚੱਲ ਰਿਹਾ ਇਹ? ਹੋ ਗਏ ਜੀ 34ਵਾਂ ਦਿਨ ਹੋ ਗਏ। ਕਿੰਨੇ ਕੁ ਲੋਕ ਆਉਂਦੇ ਇੱਥੇ ਰੋਜ਼ਾਨਾ? ਕਾਫ਼ੀ ਹੱਦ ਤੱਕ 2500 ਤੋਂ 3000 ਦੇ ਕਰੀਬ, ਬਾਕੀ ਜਿਹੜਾ ਘਰਾਂ ਨੂੰ ਪਵਾ ਕੇ ਲੈ ਕੇ ਜਾਂਦੇ ਆ ਉਹ ਵੱਖਰੇ ਆ, ਜਿਹੜੇ ਆਉਂਦੇ ਆ ਉਹ 2500 ਤੋਂ 3000 ਦੇ ਕਰੀਬ ਹੋਊਗਾ। ਕਿਸੇ ਨੂੰ ਕੋਈ ਰਾਹਤ ਵੀ ਮਿਲਦੀ ਹੈ? ਹਾਂਜੀ ਆਉਂਦੇ ਆ, ਸਾਰੇ ਦੱਸਦੇ ਆ, ਇੰਟਰਵਿਊ ਵੀ ਲੈਂਦੇ ਹਾਂ ਅਸੀਂ, ਬੁਲਾਉਂਦੇ ਵੀ ਹਾਂ ਮੈਕ 'ਤੇ ਜਿਹਨੂੰ ਫਾਇਦਾ ਹੁੰਦਾ। ਕਿੰਨੇ ਕੁ ਦਿਨ ਹੋਰ ਤੁਹਾਡਾ ਜਿਹੜਾ ਇਹ ਲੰਗਰ ਮੀਟ ਕਲਾਸ ਦਾ ਚੱਲੂਗਾ? ਸਾਡਾ ਜੀ ਪਹਿਲਾਂ ਦਾ ਟਾਰਗੇਟ 21 ਦਿਨਾਂ ਦਾ ਸੀਗਾ ਪਰ ਹੁਣ ਲੋਕਾਂ ਦਾ ਸਹਿਯੋਗ ਦੇਖ ਕੇ ਅਸੀਂ ਇਹ 3 ਮਹੀਨਿਆਂ ਤੱਕ ਚਲਾਵਾਂਗੇ। ਜਸਵੰਤ ਸਿੰਘ ਪਿੰਡ ਘੋਰੀਆ ਖੁਰਦ ਜੀ, ਨਾਮ ਮੇਰਾ ਜਸਵੰਤ ਸਿੰਘ ਹੈ ਜੀ। ਮੇਰਾ ਵਜ਼ਨ ਬਹੁਤ ਜ਼ਿਆਦਾ ਸੀਗਾ ਅਤੇ ਹੁਣ ਮੇਰੇ ਵਜ਼ਨ ਨੂੰ 4 ਕਿਲੋ ਵਜ਼ਨ ਜਾਣੀ ਘੱਟ ਗਿਆ ਮੇਰਾ, ਜਾਣੀ 25 ਦਿਨ ਪੀਣ ਦੇ ਨਾਲ। ਕੀ ਚੀਜ਼ ਪੀਣਾ ਵਜ਼ਨ ਘਟਿਆ? ਜੂਸ ਪੀਂਦਾ, ਵਿਟ ਗਲਾਸ ਜੂਸ ਪੀਂਦਾ ਮੈਂ ਸੁਬਹਾ ਪੀਂਦਾ, ਉਦੋਂ ਬਾਅਦ ਸੁਬਹਾ ਸਾਹ ਜਿਹੜੀ ਮੈਂ ਆਪਣੇ ਕੰਮ ਦੇ ਸਾਈਡ 'ਤੇ ਲੈ ਕੇ ਜਾਂਦਾ, ਉਸ ਸਾਈਡ 'ਤੇ ਮਰੀਜ਼ ਆ 4-5 ਉਹਨਾਂ ਨੂੰ ਪਿਆਉਣਾ, ਯਾਨੀ ਉਹਨਾਂ ਦਾ ਵੀ ਬਹੁਤ ਜਿਹੜੇ ਕਿਡਨੀਆਂ ਦਾ ਰੋਗ ਸੀ, ਇੱਕ ਵੱਡਾ ਔਰਤ ਸੀ ਉਹਨੂੰ ਕਿਡਨੀਆਂ ਦਾ ਰੋਗ ਸੀ, ਉਹਨੂੰ ਵੀ ਬਹੁਤ ਯਾਨੀ ਸਹੂਲਤ ਮਿਲੀ ਹੈ, ਬਹੁਤ ਯਾਨੀ ਕਿ ਉਹ ਕਹਿੰਦੇ ਮੇਰਾ ਪੇਟ ਡਰ ਪੈਂਦਾ, ਮੈਨੂੰ ਸਭ ਕੁਛ ਠੀਕ ਠਾਕ ਹੈ, ਲੇਕਿਨ ਮੈਨੂੰ ਬਹੁਤ ਫਾਇਦਾ ਹੋਇਆ। ਕੀ ਨਾਮ ਕੀ ਹੈ ਤੁਹਾਡਾ ਜੀ? ਕਾਲਾ ਸਿੰਘ। ਕਾਲਾ ਸਿੰਘ ਜੀ, ਕੀ ਕਿਸ ਬਿਮਾਰੀ ਤੋਂ ਪੀੜਤ ਸੀ, ਕੀ ਰੋਗ ਸੀ, ਕੀ ਪ੍ਰੋਬਲਮ ਸੀ? ਮੈਂ ਸ਼ੂਗਰ ਸੀਗਾ, ਮੇਰਾ 260 ਸੀਗਾ ਅਤੇ ਹੁਣ 155 ਸ਼ੂਗਰ ਹੈਗਾ। ਕਿੰਨਾ ਚਿਰ ਹੋ ਗਿਆ ਸੀ ਸ਼ੂਗਰ ਨੂੰ ਤੁਹਾਨੂੰ? ਸ਼ੂਗਰ ਹੋ ਗਏ 3 ਸਾਲ ਹੋ ਗਏ। 3 ਸਾਲ ਹੋ ਗਏ ਅਤੇ ਕਿੱਥੋਂ ਦਵਾਈ ਚੱਲਦੀ ਸੀ? ਮੈਂ ਇੱਥੋਂ ਹਸਪਤਾਲ ਚੱਲਦੀ ਸੀਗੀ, ਉੱਥੋਂ ਹਟ ਗਿਆ, ਫਿਰ ਮੈਂ ਇੱਥੇ ਜੂਸ ਪੀਣ ਲੱਗ ਗਿਆ। ਨਹੀਂ ਉਦੋਂ ਤੋਂ ਦਵਾਈ ਚੱਲਦੀ ਹੈ ਜੀ? ਹਾਂਜੀ। ਸ਼ੂਗਰ ਕਿੰਨਾ ਰਹਿੰਦਾ ਸੀ? 200 ਵੀ 300 ਵੀ ਟੱਪ ਜਾਂਦਾ ਸੀਗਾ। ਅੱਛਾ, ਅਤੇ ਹੁਣ ਉਦੋਂ 2-3 ਸਾਲ ਤੋਂ ਦਵਾਈ ਲਗਾਤਾਰ ਚੱਲਦੀ ਸੀ? ਹਾਂ। ਹੁਣ ਕਿੰਨੇ ਦਿਨ ਹੋ ਗਏ ਵੀ ਇੱਥੇ ਵੀਟ ਗ੍ਰਾਸ ਜੂਸ ਪੀਂਦੇ ਨੂੰ? ਮੈਨੂੰ ਵਾਹਵਾ ਚਿਰ ਹੋ ਗਿਆ। ਕਿੰਨੇ ਕੁ ਦਿਨ ਹੋ ਗਏ? 15-20 ਦਿਨ ਕਿ ਜ਼ਿਆਦਾ ਹੋ ਗਏ? ਹੋਰ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਆ, ਪੀੜਤ ਆ, ਘਰਾਂ ਚ ਬੈਠੇ, ਕੀ ਕਹਿਣਾ ਚਾਹੁੰਦੇ ਜਿਹੜੇ ਨਹੀਂ ਆਉਂਦੇ? ਆਉਣਾ ਚਾਹੀਦਾ, ਠੀਕ ਹੈ, ਬਿਮਾਰੀ ਤੋਂ ਛੁਟਕਾਰਾ ਮਿਲਦਾ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਮੁੱਚੇ ਦੋਸਤਾਂ ਨੂੰ ਮੈਂ ਵਾਹਿਗੁਰੂ ਜੀ ਦਾ ਫਲ, ਵਾਹਿਗੁਰੂ ਜੀ ਕੀ ਫਤਿਹ। ਇਹ ਦੋਸਤੋ, ਇੱਥੇ ਬਾਬੇ ਨਾਨਕ ਦਾ ਲੰਗਰ ਸਮੁੱਚੀ ਮਨੁੱਖਤਾ ਦੀ ਲੋੜ, ਜਿਹੜੀ ਮਨੁੱਖਤਾ ਦੀ ਸੇਵਾ, ਖੁਦਾ ਦੀ ਸੇਵਾ ਅਸਲੀ ਰੂਪ 'ਚ ਇੱਥੇ ਉਹ ਚੱਲ ਰਿਹਾ ਹੈ। ਅੱਜ ਅਸੀਂ ਵੇਹਨੇ ਹਾਂ ਵੀ ਲੰਗਰ ਚੱਲਦੇ ਤਾਂ ਬਹੁਤ ਥਾਈ ਹੈ, ਪਰ ਜੇ ਉਹਨਾਂ ਲੰਗਰਾਂ ਨੂੰ ਆਪਾਂ ਉਹਦੇ 'ਤੇ ਗੌਰ ਮਾਰੀਏ ਤਾਂ ਉਹ ਲੰਗਰਾਂ ਤੋਂ ਜਿਹੜਾ ਸਮੁੱਚੇ ਸਰੀਰ ਵਾਸਤੇ ਜਿੰਨੇ ਵੀ ਕੋਈ ਪਕੌੜਿਆਂ ਦਾ ਲਾਉਂਦੇ, ਪੂਰੀਆਂ ਲਾਉਂਦੇ ਆ, ਜੋ ਵੀ ਇੱਥੇ ਲੰਗਰ ਲੱਗਦੇ ਆ, ਤਕਰੀਬਨ ਸਰੀਰ ਵਾਸਤੇ ਉਹ ਨੁਕਸਾਨਦੇਹ ਸਾਬਤ ਹੁੰਦੇ ਆ।
ਔਰ ਇੱਥੇ ਇੱਕ ਇਹੋ ਜਿਹਾ ਲੰਗਰ ਲੱਗ ਰਿਹਾ ਜਿਵੇਂ ਆ ਪਿਛਲੇ ਦਿਨੀ ਆਪਣੇ ਜਿਹੜੇ ਵਰਲਡ ਕੈਂਸਰ ਵਾਲੇ ਆਏ ਸੀ, ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਵੀ ਉਹਨਾਂ ਨੇ ਦਵਾਈਆਂ ਦਾ ਲੰਗਰ ਲਾਇਆ, ਅੱਜ ਮਨੁੱਖਤਾ ਨੂੰ ਲੋੜ ਆ ਕਿਉਂਕਿ ਰੋਗੀ ਹੋ ਰਹੇ ਜਿਹੜੇ ਸਾਡੇ ਇਹੋ ਜਿਹੇ ਮਾੜੀਆਂ ਖੁਰਾਕਾਂ ਤਲੀਆਂ ਚੀਜ਼ਾਂ ਖਾ ਖਾ ਕੇ ਜਿਹੜੇ ਰੋਗੀ ਹੁੰਦੇ ਆ ਉਹਨਾਂ ਵਾਸਤੇ ਉਹ ਦਵਾਈਆਂ ਲੈ ਕੇ ਆਏ ਸੀ। ਅਤੇ ਮੈਂ ਸਮਝਦਾ ਇਹ ਬਹੁਤ ਉਪਰਾਲਾ ਉਹਨਾਂ ਦਾ, ਬਹੁਤ ਵਧੀਆ ਜਿਹੜਾ ਜਿਹੜਾ ਬੰਦਾ ਦਵਾਈ ਲੈਂਦਾ ਉਹ ਦਵਾਈਆਂ ਦੇ ਰਹੇ ਆ ਦਰਦ ਨੂੰ ਮਿਟਾ ਰਹੇ। ਪਰ ਮੈਂ ਨਾ ਵੀ ਇਹ ਉਦੋਂ ਵੀ ਮਹਾਨ ਆ ਕਿਉਂਕਿ ਇੱਥੇ ਰੋਗੀ ਹੋਣ ਹੀ ਨਹੀਂ ਦੇਣਾ। ਉਹ ਦਿਸ਼ਾ ਦਾ ਮਤਲਬ ਇੱਥੇ ਖੁਰਾਕ ਇਹੋ ਜਿਹੀ ਇੱਥੇ ਨੈਚੁਰਲੀ ਢੰਗ ਨਾਲ ਇੱਥੇ ਜਿਹੜੇ ਜਿੰਨੀਆਂ ਔਸ਼ਧੀਆਂ ਪਾ ਕੇ ਵੀ ਇੱਥੇ ਜਿਹੜੀ ਵਰਤਾ ਰਹੇ ਆ ਜਵਾਨ ਇੱਥੇ ਬੜੀ ਸੇਵਾ ਕਰ ਰਹੇ। ਵੇਖੋ 15-20 ਮੁੰਡੇ ਆ ਜਿਨ੍ਹਾਂ ਨੇ ਬਿਲਕੁਲ ਸਾਰੀ ਦਿਹਾੜੀ ਇੱਥੇ ਨਿਸਵਾਰਥ। ਸ਼ਮਸ਼ਾਨ ਘਾਟ 'ਚ ਵਿੱਢਣ ਦਾ ਕਾਰਨ ਕੀ, ਇੱਥੇ ਕਿਉਂ ਚਲਾ ਗਏ? ਸ਼ਮਸ਼ਾਨ ਘਾਟ ਦਾ ਕਾਰਨ ਇਹ ਆ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਬਾਬੇ ਨਾਨਕ ਦੇ ਸਿਧਾਂਤ ਅਨੁਸਾਰ ਜਿਹੜਾ ਮਨ ਸ਼ੁੱਧ ਇੱਥੇ ਹੋ ਜਾਂਦਾ, ਇੱਥੇ ਰੌਲੇ ਮੁੱਕ ਜਾਂਦੇ, ਇੱਥੇ ਪਾਰਟੀਆਂ ਮੁੱਕ ਜਾਂਦੀਆਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਮੇਰੇ ਪਾਤਸ਼ਾਹ ਨੇ ਕਿਹਾ ਜਿਹਦੇ ਮੌਤ ਯਾਦ ਆ ਗਈ ਭਗਵਾਨ ਯਾਦ ਆ, ਮੇਰੇ ਕੋਲ ਫਿਰ ਮੈਨੂੰ ਯਾਦ ਕਰੀ। ਪਹਿਲਾਂ ਪਰਮਾਤਮਾ ਮੌਤ ਯਾਦ ਆਉਣੀ ਚਾਹੀਦੀ ਆ। ਦੂਜਾ ਕਾਰਨ ਇਹਦਾ ਇਹ ਆ ਵੀ ਸਾਨੂੰ ਮਿੱਟੀ ਬਹੁਤ ਚਾਹੀਦੀ ਕਿਉਂਕਿ ਇੱਥੇ ਹਜ਼ਾਰਾਂ ਬੰਦੇ ਜੂਸ ਪੀਂਦੇ ਆ। ਹੁਣ ਨਹਿਰਾਂ ਸੂਹਾਂ ਤੋਂ ਲਿਆਉਣੀ ਪੂਜੇ ਹੋਰ ਆਪਾਂ ਚਲਾਵਾਂਗੇ। ਇੱਥੇ ਸਾਡੇ ਜਿਹੜਾ ਕਿੱਲੇ ਦੇ ਨੇੜ ਜ਼ਮੀਨ ਪਈ ਆ, ਇੱਥੇ ਸਦੀਆਂ ਤੋਂ ਜਿਹੜਾ ਖਾਦ ਨਹੀਂ ਪਿਆ ਹੋਇਆ, ਅਤੇ ਉਹ ਜਿਹੜੀ ਸਾਡੀ ਲੋੜ ਪੂਰੀ ਹੋ ਗਈ ਜਿਹੜੀ ਸਾਨੂੰ ਨੇਚਰਲੀ ਮਿੱਟੀ ਚਾਹੀਦੀ ਸੀ, ਦੂਜੀ ਲੋੜ ਉਹ ਸਾਨੂੰ ਇਹ ਪੂਰੀ ਹੋ ਗਈ ਸਾਨੂੰ ਇੱਥੇ। ਤੀਜੀ ਇਹ ਆ ਵੀ ਜਿਹੜੇ ਲੋਕ ਸਿਵਿਆਂ ਤੋਂ ਆਮ ਡਰਦੇ ਆ, ਆਪਣੇ ਬਾਬੇ ਨਾਨਕ ਨੇ ਵੀ ਜਦੋਂ ਮਰਦਾਨੇ ਨੂੰ ਲੈ ਕੇ ਅਤੇ ਸਿਵਿਆਂ 'ਚ ਜਾ ਕੇ ਕੀਰਤਨ ਧੁਣ ਛੇੜ ਦਿੰਦੇ ਸੀ ਵੀ ਕਰ ਕੀਰਤਨ ਮਰਦਾਨਿਆਂ, ਕਿਉਂਕਿ ਇੱਕ ਤਾਂ ਇਹ ਆ ਵੀ ਜਦੋਂ ਮੌਤ ਦੇ ਨਾਲ ਸਾਨੂੰ ਸੱਚ ਦਾ ਫਲਸਫਾ ਯਾਦ ਆਉਂਦਾ, ਜੀਵਨ ਦੇ ਨਾਲ ਝੂਠ ਦਾ ਫਲਸਫਾ ਯਾਦ ਆਉਂਦਾ ਅਤੇ ਉਹ ਮੌਤ ਆ ਗਈ ਆ। ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਵਹਿਮ ਭਰਮ ਅੱਜ ਵੇਖੋ ਤੁਸੀਂ ਕਿਵੇਂ ਰੰਗਣਾ ਲੱਗੀਆਂ, ਨਹੀਂ ਅਸੀਂ ਕੀ ਕਰਦੇ ਹਾਂ ਆਮ ਜਿਹੜੇ ਸ਼ਮਸ਼ਾਨ ਘਾਟ ਆ ਉਹਨਾਂ ਦੇ ਵਿੱਚ ਜਾਂਦੇ ਸਿਰਫ ਮੁਰਦੇ ਸਾਂਭਦੇ। ਸਾਡੇ ਸ਼ਮਸ਼ਾਨ ਘਾਟ ਨੂੰ ਇਹੋ ਜਿਹੀ ਵਿਲੱਖਣਤਾ ਮਿਲ ਗਈ ਆ ਹੁਣ, ਜਿਹੜੇ ਇੱਥੇ ਰੋਗੀ ਆਉਂਦੇ ਆ ਅਤੇ ਤੰਦਰੁਸਤ ਉਹ ਚਲੇ ਜਾਂਦੇ ਆ। ਜਿਹੜੇ ਲੋਕ ਇੱਥੇ ਡਰਦੇ ਕਦੇ ਲੰਘਦੇ ਨਹੀਂ ਸੀ, ਬਾਹਰ 'ਚ ਲੰਘਣ ਲੱਗਿਆ ਮੌਤ ਯਾਦ ਆਉਂਦੀ ਆ, ਅਤੇ ਇੱਥੇ ਆ ਕੇ ਲੋਕਾਂ ਨੂੰ ਹੁਣ ਨਾਲ ਜੀਵਨ ਵੀ ਯਾਦ ਆਉਂਦਾ। ਜਿਹੜਾ ਗੁਰੂ ਨਾਨਕ ਨੇ ਮੌਤ ਤੋਂ ਅਸਲੀ ਫਲਸਫਾ ਦੱਸਿਆ ਸੀ, ਪਹਿਲਾ ਮਰਨ ਕਮੂਲ। ਸੋ ਮੈਂ ਕਹਿੰਦਾ ਇੱਥੇ ਉਹ ਫਲਸਫਾ ਪੂਰਨ ਸਾਡੇ ਸਾਹਮਣੇ ਨਜ਼ਰ ਪੈ ਰਿਹਾ ਅਤੇ ਲੋਕ ਤੰਦਰੁਸਤ